ਸੋ ਅੱਜ ਪਿਛਲੇ 15 ਦਿਨਾਂ ਤੋਂ ਅਸੀਂ ਵੇਰਕਾ ਦੇ ਅੰਦਰ ਜਿਹੜੀ ਠੱਗੀ ਵੱਜ ਰਹੀ ਹੈ ਉਹਦੇ ਉੱਤੇ ਆਪਣੇ ਪਾਰਟੀ ਦੇ ਵਲੰਟੀਅਰਸ ਲਾਏ ਸੀ ਵੀ ਜਾ ਕੇ ਚੈੱਕ ਕਰਾ ਗਿਆ ਉਹ ਠੱਗੀ ਕਿੰਨੀ ਹੈ ਹੈਰਾਨ ਹੋ ਜਾਓਗੇ 200 ਕਰੋੜ ਰੁਪਈਆ ਪ੍ਰਤੀ ਸਾਲ ਆਹ ਪੈਕਟ ਆਹ ਦੇਖ ਰਹੇ ਹੋ ਤੁਸੀਂ ਆਹ ਪੈਕਟ ਹੈਗੇ ਵੇਰਕਾ ਦੇ ਇਹਦੇ ਉੱਤੇ ਫੈਟ ਲਿਖੀ ਆ ਤੇ SNF ਲਿਖਿਆ ਦੁੱਧ ਦਾ ਮਤਲਬ ਕੀ ਆ ਦੁੱਧ ਦੇ ਵਿੱਚ ਘਿਓ ਹੈਗਾ ਤੇ ਸੁੱਕਾ ਦੁੱਧ ਆ ਜਿਹੜੀ ਫੈਟ ਆ ਉਹ ਮੱਖਣ ਤੇ ਘਿਓ ਆ ਜਿਹੜਾ SNF ਉਹਦੀ ਫੁੱਲ ਫਾਰਮ ਹੈਗੀ ਆ ਸੋਲਿਡ ਨਾਟ ਫੈਟ ਮਤਲਬ ਕਿ ਉਹ ਸੁੱਕਾ ਦੁੱਧ ਉਹਦੇ ਚੋਂ ਨਿਕਲਦਾ ਬਾਕੀ ਇਹ ਤਰਲ ਹੈਗਾ ਪਾਣੀ ਬਾਕੀ ਦਾ ਤੇ ਪੈਕਟ ਦੇ ਉੱਤੇ 4.5 ਫੈਟ ਲਿਖੀ ਆ ਤੇ SNF 8.5 ਲਿਖਿਆ ਹੋਇਆ ਅਸੀਂ ਪਿਛਲੇ 15 ਦਿਨਾਂ ਤੋਂ ਅੰਦਰੋਂ ਲੈਬ ਦੇ ਵਿੱਚ ਇਹਨਾਂ ਦੀ ਲੈਬ ਚ ਚੈੱਕ ਕਰਾ ਰਹੇ ਹਾਂ ਡੋਲੂ ਦੇ ਵਿੱਚ ਦੁੱਧ ਪਾ ਕੇ ਇਹਨਾਂ ਦਾ ਪੈਕਟ ਪਾੜਦੇ ਹਾਂ ਡੋਲੂ ਦੇ ਵਿੱਚ ਦੁੱਧ ਪਾ ਕੇ ਭੇਜਦੇ ਹਾਂ ਉਹ ਪੈਕਟ ਪਾੜਦੇ ਹੋਏ ਮੁੰਡਾ ਲਾਈਵ ਇਹਨਾਂ ਦੇ ਇੱਥੇ ਆ ਕੇ ਕਰਾਉਂਦਾ ਤਾਂ ਕਿ ਕਿੰਤੂ ਪਰੰਤੂ ਨਾ ਕਰ ਸਕਣ 15 ਦਿਨ ਦੇ ਵਿੱਚ ਡੈਰੀ ਵਿਭਾਗ ਜਿਹੜਾ ਪੰਜਾਬ ਦਾ ਸੀ ਉਹ ਤੋਂ ਟੈਸਟ ਕਰਾਇਆ ਅਸੀਂ ਮੋਹਾਲੀ ਤੇ ਚੰਡੀਗੜ੍ਹ ਦੀਆਂ ਪ੍ਰਾਈਵੇਟ ਅਥੋਰਾਈਜ਼ ਜਿਹੜੀਆਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਲੈਬੋਰਟਰੀਜ਼ ਨੇ ਅਸੀਂ ਉਹਨਾਂ ਤੋਂ ਟੈਸਟ ਕਰਾਇਆ ਦੁੱਧ ਦੀ ਫੈਟ ਆ ਰਹੀ ਹੈ 4% 4.1 SNF ਆ ਰਿਹਾ 8.1 ਮਤਲਬ ਕਿ ਜੇ ਮੈਂ ਲੈਬੋਰਟਰੀ ਜਿਹੜਾ ਅਸਲ ਦੁੱਧ ਹੈਗਾ ਅਸਲ ਦੁੱਧ ਦੇ ਵਿੱਚ ਕਿੰਨੀ ਫੈਟ ਤੇ ਕਿੰਨਾ NSF ਆ SNF ਹੈਗਾ ਤੇ ਉਹਦਾ ਰੇਟ ਬਣਦਾ ਜੋ ਇਹ ਪ੍ਰਿੰਟ ਦੇ ਰਿਹਾ 5 ਰੁਪਏ ਤੋਂ ਲੈ ਕੇ 6.5 ਰੁਪਏ ਵੱਧ ਲੈ ਰਹੇ ਆ ਮਤਲਬ ਰੋਜ਼ ਦਾ ਜੇ 10,75,000-11 ਲੱਖ ਲੀਟਰ ਦੇ ਕਰੀਬ ਪੰਜਾਬ ਦੇ ਅੰਦਰ ਪੈਕਟ ਵੇਰਕਾ ਭਰਦਾ ਤੇ ਰੋਜ਼ ਦੀ ਜੇ ਮੈਂ ਠੱਗੀ 5 ਰੁਪਏ ਨਾਲ ਹੀ ਲਾਦਾ ਨਾ ਜ਼ਿਆਦਾ ਨਾ ਕਮਾ 6 ਵੀ ਛੱਡਦਿਆਂ 6.5 ਵੀ ਛੱਡਦਿਆਂ ਤੇ 5 ਰੁਪਈਆਂ ਦੇ ਨਾਲ 53,75,000 ਰੁਪਈਆ ਡੇਲੀ ਦੀ ਠੱਗੀ ਹੈ ਤੇ ਜੇ ਮੈਂ ਸਾਲ ਦੀ ਦੋਸਤੋ ਠੱਗੀ ਲਾਉਣਾ ਤੇ 200 ਕਰੋੜ ਰੁਪਈਏ ਦੇ ਕਰੀਬ ਠੱਗੀ ਵੱਜ ਰਹੀ ਹੈ ਲੋਕਲ ਪੱਧਰ ਤੋਂ ਲੈ ਕੇ ਸੈਕਟਰੀ ਪੱਧਰ ਤੱਕ ਬਿਨਾਂ ਸੰਗਠਨ ਤੋਂ ਇਹ ਠੱਗੀ ਵੱਜ ਹੀ ਨਹੀਂ ਸਕਦੀ ਜੇ 200 ਕਰੋੜ ਰੁਪਈਆ ਜਿਹੜਾ ਕਿਸਾਨ ਦੁਖੀ ਆ ਗਲਾਂ 'ਚ ਰੱਸੀਆਂ ਪਾਉਂਦਾ ਸਲਫਾਸ ਦੀਆਂ ਗੋਲੀਆਂ ਖਾਂਦਾ ਕਿਤੇ 200 ਕਰੋੜ ਰੁਪਈਆ ਡੈਰੀ ਧੰਦੇ ਨਾਲ ਜੁੜੇ ਕਿਸਾਨਾਂ ਨੂੰ ਦੇ ਦੇਵੇ ਇਹ ਮਾਫੀਆ ਨੂੰ ਨਕੇਲ ਪਾ ਕੇ ਵੇਰਕਾ ਉਹਨਾਂ ਨੂੰ ਵੰਡ ਦੇਵੇ ਕੋਪਰੇਟਿਵ ਉਹਨਾਂ ਨੂੰ ਵੰਡ ਦੇਵੇ ਤੇ ਪੰਜਾਬ ਦਾ ਜਿਹੜਾ ਡੇਅਰੀ ਦੇ ਨਾਲ ਜੁੜਿਆ ਕਿਸਾਨ ਆ ਖੁਸ਼ਹਾਲ ਹੋ ਸਕਦਾ ਮੈਂ ਮੁੱਖ ਮੰਤਰੀ ਜੀ ਨੂੰ ਆ ਕੰਪਲੇਂਟ ਸਾਰੀ ਕਰਨੀ ਆ ਮੰਗ ਕਰਨੀ ਆ ਵੀ FIR ਦਰਜ ਕਰੋ FIR ਦਰਜ ਕਰਕੇ ਲੋਕਲ ਪੱਧਰ ਤੋਂ ਲੈ ਕੇ ਸੈਕਟਰੀ ਪੱਧਰ ਤੱਕ ਜਿਹੜਾ ਦੋਸ਼ੀ ਹੈ ਕਰੜੀ ਸਜ਼ਾ ਦਿਓ ਉਦਾਹਰਣ ਸੈੱਟ ਕਰ ਦਿਓ ਵੀ ਜਿਹੜਾ ਕੋਪਰੇਟਿਵ ਮਹਿਕਮੇ ਦੇ ਅੰਦਰ ਕਿਸਾਨਾਂ ਨੂੰ ਜੋਕ ਬਣ ਕੇ ਚਿੰਗੜਿਆ ਉਹਨੂੰ ਛੱਡਾਂਗੇ ਨਹੀਂ ਅਸੀਂ ਮੈਂ ਅੱਜ ਸਾਰਾ ਮੀਡੀਆ ਲੁਧਿਆਣੇ ਦਾ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਨਾਲ ਲੈ ਕੇ ਆਇਆ ਕਿ ਮੇਰੀ ਗੱਲ ਦਾ ਬਾਅਦ ਦੇ ਵਿੱਚ ਇਹਨਾਂ ਨੇ ਯਕੀਨ ਨਹੀਂ ਕਰਨਾ ਅੱਜ ਤੁਹਾਡੀ ਹਾਜ਼ਰੀ ਦੇ ਵਿੱਚ ਵੇਰਕਾ ਮਿਲਕ ਪਲਾਂਟ ਦੀ ਲੈਬ ਦੇ ਅੰਦਰ ਟੈਸਟ ਕੀਤਾ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਬਾਹਰੋਂ ਬੂਤ ਤੋਂ ਖਰੀਦੇ ਹੋਏ ਆਪ ਚੈੱਕ ਕਰ ਲਓ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੰਜੇ ਕੁਮਾਰ ਹਾਂਜੀ ਕੀ ਤੁਸੀਂ ਇੱਥੇ ਮੈਂ ਇਹ ਪ੍ਰੋਡਕਸ਼ਨ ਹਾਂ ਅੱਛਾ ਕੀ ਦੱਸੋ ਕੀ ਅੱਜ ਕੀ ਹੋਇਆ ਕੀ ਨਹੀਂ ਅੱਜ ਜੋ ਤੁਸੀਂ ਦੇਖਿਆ ਉਹਨਾਂ ਨੇ ਆ ਕਰਕੇ ਟੈਸਟ ਕੀਤਾ ਤੋ ਉਸੀ ਪੈਕਟ ਦੋ ਅਸੀਂ ਮਸ਼ੀਨ ਮੇ ਚੈੱਕ ਕਰਨਾ ਤੋ ਡਿਫਰੈਂਸ ਜੋ ਆਇਆ ਹੋ ਸਕਦਾ ਕਿ ਮੈਂ ਕੰਦਾ ਪਿਆ ਹਿਊਮਨ ਏਰਰ ਵੀ ਹੋ ਸਕਦਾ ਹੈ ਔਰ ਮਸ਼ੀਨ ਫਲਕਚੁਏਸ਼ਨ ਮੇ ਵੀ ਹੋ ਸਕਦਾ ਹੈ ਔਰ ਜੋ ਉਹਨਾਂ ਨੇ ਟੈਸਟ ਕੀਤਾ ਹੈਗਾ ਉਹ ਕਿਸ ਤਰ੍ਹਾਂ ਸੇ ਟੈਸਟ ਕੀਤਾ ਉਹ ਕਿਤਨਾ ਟੈਸਟ ਕਰਤੇ ਹੈ ਇਹ ਹਮੇ ਨਹੀਂ ਪਤਾ ਹੈਗਾ ਸਾਨੂੰ ਉਹ ਟੈਸਟ ਕਰਨੇ ਵੀ ਨਹੀਂ ਦਿੱਤਾ ਕਿ ਸਾਡਾ ਜੋ ਹੈ ਨਾ ਟੈਕਨੀਸ਼ੀਅਨ ਟੈਸਟ ਕਰੇ ਤੁਸੀਂ ਪੈਕਟ ਜੋ ਹੈਗੇ ਤੁਸੀਂ ਪੈਕਟ ਲਿਆ ਕੇ ਇੱਥੇ ਟੈਸਟ ਕਰਕੇ ਦੇਖ ਲਓ ਸਰ ਇੱਕ ਮਿੰਟ ਉਹ ਜੋ ਕਰਦੇ ਪਏ ਸੀ ਅਸੀਂ ਕਿਸੇ ਬਾਹਰ ਕੇ ਦੁੱਧ ਕੋ ਲਿਖਿਤ ਰੂਪ ਮੇ ਕੁਛ ਨਹੀਂ ਦੇ ਸਕਦੇ ਸਾਡਾ ਕੋਈ ਪਬਲਿਕ ਲੈਬੋਰਟਰੀ ਨਹੀਂ ਹੈਗਾ ਇਹ ਨਹੀਂ ਹਮਾਰੇ ਯਹਾਂ ਪੇ ਕੀਆ ਹੈ ਲੇਕਿਨ ਅਬ ਲੂਜ ਮਿਲ ਕਾ ਹੈ ਨਾ ਲੂਜ ਮਿਲ ਕਾ ਕਿਆ ਮੈਂ ਕੈਸੇ ਮੈਂ ਕਰ ਦੂੰ ਨਹੀਂ ਲੂਜ ਆਇਆ ਨਾ ਹਮਾਰੇ ਪਾਸ ਨਹੀਂ ਯਹੀ ਪੈਕਟ ਮੇ ਸੇ ਨਿਕਾਲ ਕੇ ਡਾਲਾ ਹਾਂ ਤੋ ਉਸਕੋ ਮਸ਼ੀਨ ਪੇ ਨਹੀਂ ਚੈੱਕ ਕਰਵਾਇਆ ਉਨ੍ਹੋਂਨੇ ਮਸ਼ੀਨ ਪੇ ਵੀ ਚੈੱਕ ਕਰਾਇਆ ਨਾ ਹਮ ਮੈਂ ਕਹਿ ਰਹਾ ਹੂੰ ਕਿ ਵਹਾਂ ਪੇ ਆਇਆ ਮੈਨੁਅਲੀ ਇੱਕ ਤੋ ਹਮੇ ਟੈਸਟਿੰਗ ਕਰਨੇ ਦਿਆ ਖੁਦ ਹੀ ਟੈਸਟ ਕੀਆ ਉਨ੍ਹੋਂਨੇ ਹਮੇ ਤੋ ਪੈਕਟ ਕੋ ਹੱਥ ਲਗਾਨੇ ਵੀ ਨਹੀਂ ਦਿਆ ਅਬ ਉਸਮੇ ਕਿਤਨਾ ਕੈਸੇ ਉਨ੍ਹੋਂਨੇ ਡਾਲਾ ਉਹ ਵੀ ਨਹੀਂ ਹਮੇ ਦੇਖਨੇ ਦਿਆ ਉਹ ਕਿਤਨਾ ਟੈਂਪਰੇਚਰ ਪੇ ਡਾਲਾ ਅਬ ਉਸਕੋ ਮੈਂ ਕਹਿ ਰਹਾ ਹੂੰ ਕਿ ਹਮੇ ਮਸ਼ੀਨ ਪੇ ਦੇਖ ਲਈਏ ਹੋ ਸਕਦਾ ਹੈ ਉਨਕਾ ਫਲਕਚੁਏਸ਼ਨ ਬੰਦੇ ਕਿਆ ਕੁਆਲੀਫਿਕੇਸ਼ਨ ਹੈ ਉਹ ਕਿਤਨਾ ਉਹ ਕੁਆਲੀਫਾਈਡ ਹੈ ਫੈਟ ਡਾਲਨੇ ਕੇ ਲੀਏ ਇਹ ਹਮੇ ਨਹੀਂ ਪਤਾ ਹੈ